లైక్ ది వీడియో సబ్స్క్రైబ్ టు ది ఛానల్ అండ్ ప్లీజ్ ది బెల్ ఐకాన్ ఫర్ లేటెస్ట్ వీడియో అప్డేట్ వెస్టర్న్ ఫిలాసఫీ హై వెస్టర్న్ సైకాలజీ హై వెస్టర్న్ మార్క్సిజం ਐ ਪ੍ਰੈਜੈਂਟ ਤਾਂ ਤੁਸੀਂ ਦੇਖਦੇ ਹਾਂ ਕਿ ਜਿੱਥੇ ਕਿਤੇ ਵੀ ਕੋਈ ਐਜੀਟੇਸ਼ਨ ਚੱਲ ਰਹੀਆਂ ਨੇ ਸਟਰਗਲ ਚੱਲ ਰਹੀਆਂ ਨੇ ਆ ਵੀ ਉਹਨੇ ਕਿ ਟੋਟਲ ਜੋ మీడియా ਸਾਡਾ ਭਰਿਆ ਪਿਆ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਇਹ ਲਿਬਰਲ ਮੀਡੀਆ ਹੈ ਸੈਕੂਲਰਿਸਟ ਮੀਡੀਆ ਹੈ ਹਾਂਜੀ ਪ੍ਰੋਗਰੈਸਿਵ ਮੀਡੀਆ ਹੈ ਉਹਦੀ ਬੁਨਿਆਦ ਇਹ ਮਾਰਕਸਿਜ਼ਮ ਹੈ ਜਿਹਨੂੰ ਸੀ ਲੈਫਟਿਸਟ ਵੀ ਕਹਿੰਦੇ ਨੇ ਹੈਗੇ ਹਾਂਜੀ ਥਰੂਆਊਟ ਦਾ ਵਰਲਡ ਇਹ ਲੈਫਟਿਸਟ ਮੀਡੀਆ ਇਹ ਕਿੰਨਾ ਡੋਮੀਨੈਂਟ ਹੋ ਗਿਆ ਕਿ ਲੋਕੀ ਉਸ ਨੂੰ ਬਹੁਤ ਮੰਨਦੇ ਨੇ ਐਂਡ ਹਰ ਪ੍ਰਕਾਰ ਦੀ ਸਟਰਗਲ ਦੇ ਵਿੱਚ ਮੋਰੀ ਇਹ ਹੁੰਦੇ ਨੇ ਹੁਣ ਕਹਾਣੀ ਕੀ ਹੈਗੀ ਹੈ ਕਿ ਇਹ ਜਿਹੜਾ ਫਲਸਫੀ ਹੈ ਲੈਫਟਿਸਟ ਜਾਂ ਮਾਰਕਸਿਸਟ ਹੈ ਇਹ ਦੂਸਰੀ ਸਾਈਡ ਦੇ ਨਾਲ ਲੜਨ ਨੂੰ ਤਾਂ ਮੰਗਦੇ ਨੇ ਕਿਸੀ ਸਾਡੀ ਨਾ ਨਾ ਸਟਰਗਲ ਹੈ ਪਰ ਉਹ ਸਟਰਗਲ ਦੇ ਵਿੱਚ ਉਸ ਨੂੰ ਹਰਾਉਣਾ ਮੰਗਦੇ ਨੇ ਉਸ ਨੂੰ ਟ੍ਰਾਉਣਾ ਮੰਗਦੇ ਨੇ ਉਸ ਨੂੰ ਖਤਮ ਕਰਨਾ ਮੰਗਦੇ ਨੇ ਐਂਡ ਇਸ ਦੇ ਵਿੱਚ ਉਹ ਵਾਇਲੈਂਸ ਨਿਕਲਦੀ ਆ ਬਿਲਕੁਲ ਠੀਕ ਹੈ ਭਾਰਤੀ ਦਰਸ਼ਨ ਜਿਹੜਾ ਹੈ ਉਹ ਕਹਿੰਦਾ ਨਹੀਂ ਬਈ ਤੂੰ ਸ਼ਕਤ ਤੂੰ 라ਵਣ ਆ ਸ਼ਕਤ ਤੂੰ ਦੁਸ਼ਟ ਆਂ ਸ਼ਕਤੂ ਅਸੂਰੀ ਸੰਤਾ ਦਾ ਨੇਗੇਟਿਵ ਫੋਰਸ ਆ ਹੂੰ ਤੋ ਲੇਕਿਨ ਤੂੰ ਮੇਰਾ ਆ ਹੂੰ ਐਂਡ ਸਾਡੀ ਸਾਡੀ ਟੋਟਲ ਈਸਟ ਦੀ ਐਂਡ ਭਾਰਤ ਦੀ ਜਿਹੜੀ ਮੈਂ ਕਹਾਗਾ ਕਿ ਵਿਰਾਸਤ ਖੜੀ ਆ ਹੈਰੀਟੇਜ ਖੜਾਇਆ ਜਾਂ ਸਪਿਰਚੁਅਲਿਜ਼ਮ ਖੜਾਇਆ ਜਾਂ ਜਿੰਨ ਕਹਾ ਕਾ ਅਥੈਂਟਿਕ ਰਿਲੀਜੀਅਨ ਖੜਾਇਆ ਉਹ ਖੜਾ ਇਸੇ ਚੀਜ਼ ਉੱਪਰ ਹੈਗਾ ਕਿ ਅਸੀਂ ਇਹਨਾਂ ਦੋਨਾਂ ਹੀ ਪਹਿਲੂਆਂ ਨੂੰ ਅੰਗੀਕਾਰ ਕਰਨਾ ਦਰਸ਼ਕੋ ਜਿਵੇਂ ਤੁਸੀਂ ਜਾਣਦੇ ਹੋ ਡਾਕਟਰ ਜਸਵੀਰ ਸਿੰਘ ਦਸਾਂਜ ਐਮ ਡੀ ਸਕਿਨ ਸਪੈਸ਼ਲਿਸਟ ਨੇ ਬਹੁਤ ਅچھے ਫਿਲਾਸਫਰ ਨੇ ਤੇ ਬਹੁਤ ਅੱਛੀ ਅਧਿਆਤਮ ਦੀ ਇਹਨਾਂ ਨੂੰ ਸੋਜੀ ਪ੍ਰਮਾਤਮਾ ਨੇ ਬਖਸ਼ੀ ਹੈਗੀ ਅੱਜ ਅਸੀਂ ਅਯੋਕੇ ਸਮੇਂ ਵਿੱਚ ਮਾਡਰਨ ਪਰਸਪੈਕਟਿਵ ਵਿੱਚ ਖਾਸ ਤੌਰ ਤੇ ਜਿਹੜੀਆਂ दैਵੀ ਤੇ ਅਸਥਰੀ ਸ਼ਕਤੀਆਂ ਹੈਗੀਆਂ ਕਿਸਾਨ ਅੰਦੋਲਨ ਦੀ ਵੀ ਥੋੜੀ ਜੀ ਗੱਲ ਕਰਾਂਗੇ ਉਸ ਪੁਆਇੰਟ ਆਫ ਵਿਨ ਨਾਲ ਕਿਵੇਂ ਅਪਰੇਟ ਕਰਦੀਆਂ ਹੈਗੀਆਂ ਡਾਕਟਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ ਪਾਠ ਦੇ ਦਰਸ਼ਕੋ ਆਪ ਸਭ ਕੇ ਵਿਚ ਸਵੇਪਰ ਬਸ਼ ਮਨਜੋਤ ਕੋ ਮੇਰਾ ਪ੍ਰਣਾਮ ਥੈਂਕ ਯੂ ਡਾਕਟਰ ਆਪ ਦਾ ਪਿਛਲੇ ਐਪੀਸੋਡ ਦੇ ਵਿੱਚ ਸਮਾਜ ਦੀ ਸੰਸਾਰ ਦੀ ਬਾਰ ਮੁਖੀ ਵਰਤਾਰੇ ਦੀ ਵਿਆਖਿਆ ਨੂੰ ਮੁੱਖ ਰੱਖਦੇ ਹੋਏ ਜੋ ਵੀ ਕਰਮ ਹੋ ਰਿਹਾ ਹੈ ਸਮਾਜ ਦੇ ਵਿੱਚ ਉਸ ਨੂੰ ਥੋੜਾ ਅਸੀਂ ਬੇਸਿਕਲੀ ਉਹਦਾ ਜਦੋਂ ਵਿਸ਼ਲੇਸ਼ਣ ਕਰਦੇ ਸੀਗੇ ਤਾਂ ਨੈਗੇਟਿਵ ਐਂਡ ਪੋਜ਼ਿਟਿਵ ਫੋਰਸਿਸ ਨੂੰ ਆਧਾਰ ਬਣਾਇਆ ਸੀ ਜੀ ਪੋਜ਼ਿਟਿਵ ਫੋਰਸ ਨੂੰ ਅਸੀਂ ਦੇਵੀ ਸ਼ਕਤੀ ਕਿਹਾ ਸੀ ਤੇ ਨੈਗੇਟਿਵ ਫੋਰਸ ਨੂੰ ਅਸੀਂ ਆਸੂਰੀ ਸ਼ਕਤੀ ਕਿਹਾ ਸੀ ਜੀ ਜੀ ਜੀਵਨ ਬੀਮੀ ਸਦੀ ਵਿੱਚ 19ਵੀਂ ਸਦੀ ਵਿੱਚ ਕਾਫੀ ਇਸ ਚੀਜ਼ ਦੇ ਉੱਪਰ ਵੈਸਟਰਨ ਫਿਲਾਸਫੀ ਨੇ ਚਾਨਣਾ ਪਾਇਆ ਨੇ ਕਿ ਜੋ ਸੰਸਾਰ ਹੈ ਇਹ ਜੋ ਬਾਹਰमुखी जगत ਹੈ ਇਹ ਦੋ ਸਿਰਫ ਕੰਟਰਡਿਕਟਰੀ ਆਪਾ ਵਿਰੋਧੀ ਸ਼ਕਤੀਆਂ ਦਾ ਹਾਂਜੀ ਮਿਲავ ਹੈ ਜੀ ਅਪਾ ਸਾਰੇ ਮਾਰਕਸਵਾਦ ਤੋਂ ਬੁਰੀ ਤਰ੍ਹਾਂ ਜਾਣੂ ਆ ਹਾਂਜੀ ਪਰ ਮਾਰਕਸਵਾਦ ਦੇ ਵਿੱਚ ਤਾਂ ਚੀਜ਼ਾਂ ਹੀ ਇਹ ਨੇ ਕਿ ਦੋ ਆਪੋਜ਼ਿਟ ਫੋਰਸਸ ਦੀ ਯੂਨਿਟੀ ਇਸ ਦਾ ਬੇਸਿਸ ਆਫ ਥਿਸ ਆਬਜੈਕਟ ਆਫ ਵਰਲਡ ਉਹਨਾਂ ਨੂੰ ਉਹਨਾਂ ਨੇ ਡਾਇਲੈਕਟਿਕਲ ਮਟੀਰੀਅਲਿਜ਼ਮ ਵੀ ਕਿਹਾ ਐਂਡ ਲਾਈਫ ਦਾ ਡੁਅਲਿਜ਼ਮ ਵੀ ਕਿਹਾ ਤੇ ਐਂਡ ਉਸ ਜੋ ਦੋਨੇ ਜਿਹੜੀਆਂ ਫੋਰਸਸ ਨੇ ਹਾਂਜੀ ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਨੈਗੇਟਿਵ ਕਹਿ ਦਿੰਨੇ ਆ ਹਾਂਜੀ ਤੋਂ ਉਹ ਆਪ ਦੇ ਰੱਖ ਜਾਂਦੇ ਹੂੰ ਉਹਨਾਂ ਨੂੰ ਭਾਰਤੀ ਦਰਸ਼ਨ ਨਾਮ ਦਿੰਦਾ ਹੈਗਾ ਆ ਦੇਵੀ ਸ਼ਕਤੀ ਐਂਡ ਅਸੂਰੀ ਸ਼ਕਤੀ ਜੀ ਅਸੀਂ ਬਾਰੇ ਆਪਾਂ ਇਹਨਾਂ ਦੋਨੋਂ ਸ਼ਕਤੀਆਂ ਦੇ ਜੋ ਲੱਛਣ ਨੇ ਜੋ ਇਹਨਾਂ ਦੇ ਸਾਇੰਸ ਨੇ ਜਾਂ ਕਹਿ ਲਈਏ ਜੋ ਇਹਨਾਂ ਦੇ ਗੁਣ ਨੇ ਹਾਂਜੀ ਉਹਨਾਂ ਦੇ ਉੱਪਰ ਚਰਚਾ ਕੀਤੀ ਸੀ ਜੀ ਇਸ ਪਰ ਆਪਾਂ ਉਸ ਨੂੰ ਹੋਰ ਅੱਗੇ ਲੈ ਕੇ ਚੱਲਦੇ ਹਾਂ ਕਿਉਂਕਿ ਭਾਰਤ ਸਾਹਿਬ ਜੀਵਨ ਦੇ ਵਿੱਚ ਕਿਸੇ ਪਹਿਲਾਂ ਗੱਲ ਕੀਤੀ ਕਿ ਦਵੰਧ ਹੈ ਦਵੰਧ ਹੈ ਦੁਆਲਿਜ਼ਮ ਹੈ ਡਾਇਲੈਕਟੀਕਲ ਹੈ ਜੀ ਜੀ ਭਾਰਤੀ ਦਰਸ਼ਨ ਦੀ ਖਾਸੀਅਤ ਇਹ ਹੈ ਕਿ ਇਸ ਦਵੰਦ ਦੇ ਜਿਹੜੇ ਦੋਨੇ ਪਹਿਲੂ ਨੇ 네ਗੇਟਿਵ ਫੋਰਸ ਐਂਡ ਪੋਜ਼ਿਟਿਵ ਫੋਰਸ ਲੈਵੀ ਫੋਰਸ ਐਂਡ ਅਸੂਰੀ ਫੋਰਸ ਇਹਨਾਂ ਦੋਵਾਂ ਨੂੰ ਭਾਰਤੀ ਦਰਸ਼ਨ ਪੂਰੀ ਤਰ੍ਹਾਂ ਅੰਗੀਕਾਰ ਕਰਦਾ ਮਲਕਿ ਭਾਰਤੀ ਦਰਸ਼ਨ ਦਾ ਦਾ ਇਹ ਐਮਫਸੀਸ ਇਸ ਚੀਜ਼ ਦਾ ਹੈ ਕਿ ਥਿਸ ਯੂਨੀਵਰਸ ਇਜ਼ ਹੋਲਿਸਟਿਕ ਹਰ ਚੀਜ਼ ਜਿਹੜੀ ਹੈਗੀ ਉਹ ਹੋ ਹਰ ਵਰਤਾਰਾ ਇਸ ਤੋਂ ਬਾਹਰ ਨਹੀਂ ਹੈ ਹੋਲਿਸਟਿਕ ਹੈ ਇਨਕਲੂਸਿਵ ਹੈ ਜੀ ਉਹ ਰਿਸੀਨ 네ਗੇਟਿਵ ਫੋਰਸ ਨੂੰ ਐਂਡ ਪੋਜ਼ਿਟਿਵ ਫੋਰਸ ਨੂੰ ਬਰਾਬਰ ਦੀ अहमियत 바ਰਤੀ ਦਰਸ਼ਨ ਦਿੰਦਾ ਜੀ ਐਂਡ ਉਹਨਾਂ ਦੀ ਯੂਨਿਟੀ ਨੂੰ ਐਕਸੈਪਟ ਕਰਦਾ ਐਂਡ ਉਹਨਾਂ ਦੀ ਆਪਸੀ ਕੰਟਰਡਿਕਟਰੀ ਜੋ ਕਨਫਲਿਕਟ ਹੈ ਉਹ ਵੀ ਐਕਸੈਪਟ ਕਰਦਾ ਹਾਂਜੀ ਵੈਸਟਰਨ ਜੋ ਫਿਲਾਸਫੀ ਹੈ ਜਿਹੜੀ ਕਿ ਅੱਜਕੱਲ ਜਿਸ ਦਾ ਕੇ ਬੋਲਬਾਲਾ ਹੈ ਕਿਉਂਕਿ ਜਿਵੇਂ ਜਿਵੇਂ ਕੈਪਟਲਿਸਟ ਈਰਾ ਵਾਰਡ ਦੇ ਵਿੱਚ ਫੈਲਿਆ ਉਵੇਂ ਹੀ ਇੱਕ ਇਹ 19ਵੀਂ ਸਦੀ ਦੇ ਵਿੱਚ ਹਿਗਲ ਕਾਂਟ ਐਂਡ ਮਾਰਕਸ ਨੇ ਜੋ ਵੀ ਫਲਸਫੀ ਪੇਸ਼ ਕੀਤੀ ਉਹਦੇ ਵਿੱਚ ਜਿਹੜੇ ਡਾਇਲਿਜਮ ਦੇ ਜਾਂ ਡਿਓਲਿਜਮ ਦੇ ਦੋਨੇ ਪਹਿਲੂ ਨੇ ਜਿਵੇਂ ਭਾਰਤ ਉਹਨਾਂ ਦੋਨੇ ਪਹਿਲੂਸ ਨੂੰ ਉਹਨਾਂ ਦੀ ਯੂਨਿਟੀ ਨੂੰ ਕੰਦਾ ਕੇ ਵੀ ਇਹ ਇਕੁੱਲ ਦੀ ਇੰਪੋਰਟੈਂਟ ਨੇ ਦੋਵੇਂ ਅੰਗੀਕਾਰ ਕਰਨੇ ਚਾਹੀਦੇ ਨੇ ਅੰਗੀਕਾਰ ਕਰਾਂਗੇ ਐਕਸੈਪਟ ਕਰਾਂਗੇ ਤਾਂ ਅਸੀਂ ਇਹਨਾਂ ਤੋਂ ਪਾਰ ਜਾ ਸਕਦੇ ਹਾਂ ਅਗਲਾ ਫੇਸ ਹੈਗਾ ਆ ਜੀ ਲੇਕਿਨ ਜਿਹੜੀ ਵੈਸਟਰਨ ਨੇ ਹੈ ਫਲਸਫੀ ਹੈ ਵੈਸਟਰਨ ਸਾਈਕੋਲੋਜੀ ਹੈ ਵੈਸਟਰਨ ਮਾਰਕਸਿਜ਼ਮ ਹੈ ਪ੍ਰੈਜ਼ੈਂਟ ਤਾਂ ਤੁਸੀਂ ਦੇਖਦੇ ਹਿਓ ਕਿ ਜਿੱਥੇ ਕਿਤੇ ਵੀ ਕੋਈ ਐਜੀਟੇਸ਼ਨ ਚੱਲ ਰਹੀਆਂ ਨੇ ਸਟਰਗਲ ਚੱਲ ਰਹੀਆਂ ਨੇ ਆ ਵੀ ਉਹਨਾਂ ਕਿ ਟੋਟਲ ਜੋ ਮੀਡੀਆ ਸਾਡਾ ਪਰਿਆ ਪਿਆ ਜਿਹਨੂੰ ਅਸੀਂ ਕਹਿੰਦੇ ਆ ਜੀ ਇਹ ਲਿਬਰਲ ਮੀਡੀਆ ਹੈ ਸੈਕੂਲਰਿਸਟ ਮੀਡੀਆ ਹੈ ਯਾਨੀ ਪ੍ਰੋਗਰੈਸਿਵ ਮੀਡੀਆ ਹੈ ਉਹਦੀ ਬੁਨਿਆਦ ਇਹ ਮਾਰਕਸਿਜ਼ਮ ਹੈ ਜਿਹਨੂੰ ਸੀ ਲੈਫਟਿਸਟ ਵੀ ਕਹਿੰਦੇ ਨੇ ਹੈਗੇ ਹਾਂਜੀ ਥਰੂ ਆਊਟ ਦਾ ਵਰਲਡ ਇਹ ਲੈਫਟਿਸਟ ਮੀਡੀਆ ਇੱਕ ਐਨਾ ਡੋਮੀਨੈਂਟ ਹੋ ਗਿਆ ਕਿ ਲੋਕੀ ਉਸ ਨੂੰ ਬਹੁਤ ਮੰਨਦੇ ਨੇ ਐਂਡ ਹਰ ਪ੍ਰਕਾਰ ਦੀ ਸਟਰਗਲ ਦੇ ਵਿੱਚ ਮੋਰੀ ਇਹ ਹੁੰਦੇ ਨੇ ਹੁਣ ਕਹਾਣੀ ਕੀ ਹੈਗੀ ਹੈ ਕਿ ਇਹ ਜਿਹੜਾ ਫਲਸਫੀ ਹੈ ਲੈਫਟਿਸਟ ਜਾਂ ਮਾਰਕਸਿਸਟ ਹੈ ਇਹ ਦੂਸਰੀ ਸਾਈਡ ਦੇ ਨਾਲ ਲੜਨ ਨੂੰ ਤਾਂ ਮੰਗਦੇ ਨੇ ਕਿਸੀ ਸਾਡੀ ਨਾਲ ਸਟਰਗਲ ਹੈ ਹਮ ਪਰ ਉਹ ਸਟਰਗਲ ਦੇ ਵਿੱਚ ਉਸ ਨੂੰ ਹਰਾਉਣਾ ਮੰਗਦੇ ਨੇ ਉਸ ਨੂੰ ਟ੍ਰਾਉਣਾ ਮੰਗਦੇ ਨੇ ਉਸ ਨੂੰ ਖਤਮ ਕਰਨਾ ਮੰਗਦੇ ਨੇ ਐਂਡ ਇਸ ਦੇ ਵਿੱਚ ਉਹ ਵਾਇਰਸ ਨਿਕਲਦੀ ਆ ਬਿਲਕੁਲ ਠੀਕ ਹੈ ਭਾਰਤੀ ਦਰਸ਼ਨ ਜਿਹੜਾ ਹੈ ਉਹ ਕਹਿੰਦਾ ਨਹੀਂ ਬਈ ਤੂੰ ਸ਼ਕਤ ਤੂੰ 라ਵਣ ਆ ਸ਼ਕਤ ਤੂੰ ਦੁਸ਼ਟ ਆਂ ਸ਼ਕਤੂ ਅਸੂਰੀ ਸੰਪਤਾ ਦਾ ਨੇਗੇਟਿਵ ਫੋਰਸ ਆ ਹੂੰ ਤੋ ਲੇਕਿਨ ਤੂੰ ਮੇਰਾ ਆ ਹੂੰ ਐਂਡ ਸਾਡੀ ਸਾਡੀ ਟੋਟਲ ਈਸਟ ਦੀ ਐਂਡ ਭਾਰਤ ਦੀ ਜਿਹੜੀ ਮੈਂ ਕਹਾਗਾ ਕਿ ਵਿਰਾਸਤ ਖੜੀ ਆ ਹੈਰੀਟੇਜ ਖੜਾਇਆ ਜਾਂ ਸਪਿਰਚੁਅਲਿਜ਼ਮ ਖੜਾਇਆ ਜਾਂ ਜਿੰਨ ਕਹਾ ਕਿ ਆਥੈਂਟਿਕ ਰਿਲੀਜੀਅਨ ਖੜਾਇਆ ਉਹ ਖੜਾ ਇਸੇ ਚੀਜ਼ ਉੱਪਰ ਹੈਗਾ ਕਿ ਅਸੀਂ ਇਹਨਾਂ ਦੋਨਾਂ ਹੀ ਪਹਿਲੂਆਂ ਨੂੰ ਅੰਗੀਕਾਰ ਕਰਨਾ ਨਾਲੇ ਕਿ ਚੱਲਣਾ ਇਸ ਤੋਂ ਪਾਰ ਜਾਣਾ ਹਾਂ ਬਿਲਕੁਲ ਠੀਕ ਹੈ ਜਿਵੇਂ ਕਹਿ ਲਈਏ ਕਿ ਜਦ ਦੋ ਮਨੋਂ ਕੀ ਕਰ ਕਰਦੇ ਹੋਏ ਅਸੀਂ ਦੋਵਾਂ ਦੇ ਸੈਂਟਰ 'ਚ ਖੜ ਜਾਣਾ ਜਿਵੇਂ ਤਰਾਜੂ ਦਾ ਕਾਂਟਾ ਹੁੰਦਾ ਦੋਵਾਂ ਦਾ ਬੈਲੈਂਸ ਰੱਖਣਾ ਦੋਵਾਂ ਨੂੰ ਅੰਗੀਕਾਰ ਕਰ ਲਓ ਦੋਵਾਂ ਦਾ ਬੈਲੈਂਸ ਕਰ ਲਓ ਤਾਂ ਦੋਵਾਂ ਤੁਸੀਂ ਪਾਰ ਹੋ ਜਾਨੇ ਹੈਗੇ ਆ ਉਹ ਤੀਸਰਾ ਗੁਣ ਹੈ ਜਿਵੇਂ ਉਸ ਤੋਂ ਪਹਿਲਾਂ ਵੀ ਰਜੋ ਤਮਨ ਸਤੋਦਿ ਕੀਤੀ ਸੀਗੀ ਸਾਡਾ ਐਮਫਸਿਸ ਹੈ ਵਿਕਾਸ ਐਵੋਲੂਸ਼ਨ ਐਂਡ ਉਹ ਐਵੋਲੂਸ਼ਨ ਦਾ ਅਗਲਾ ਸਟੈਪ ਹੈਗਾ ਨਾ ਇਸ ਅਸੂਰੀ ਐਂਡ ਦੇਵੀ ਸ਼ਕਤੀਆਂ ਦੇ ਸਟਰਗਲ ਦੇ ਵਿੱਚੋਂ ਜੋ ਅਗਲਾ ਸਟੈਪ ਨਿਕਲਦਾ ਉਹ ਹੈ ਨਿਊਟਰੈਲਿਟੀ ਬੈਲੈਂਸ ਉਹ ਬੈਲੈਂਸ ਇਨਵੀਜ਼ੀਬਲ ਫੈਨੋਮਨਾ ਹੈ ਉਹਨੂੰ ਸੇਤਬ ਗੁਣ ਵੀ ਕਹਿੰਦੇ ਆ ਭਾਰਤ ਦੀ ਜਿਹੜੀ ਖਾਸੀਅਤ ਹੈ ਜਾਂ ਭਾਰਤ ਦੀ ਜਿਹੜੀ ਇਪੋਰਟੈਂਸ ਹੈ ਉਹ ਇਸੇ ਚੀਜ਼ ਦੇ ਵਿੱਚ ਹੀ ਹੈ ਉਹ ਤੀਸਰੇ ਗੁਣ ਨੂੰ ਪ੍ਰਾਪਤ ਕਰਨ ਦਾ ਅਟੇਨ ਕਰਨ ਦਾ ਬੇਸਮੰਦ ਦਾ ਕੌਂਸ਼ੀਅਸ ਇਵੋਲੂਸ਼ਨ ਦਾ ਇਸੇ ਗੁਣ ਨੂੰ ਪ੍ਰਾਪਤ ਕਰਨ ਦਾ ਉਹਦਾ ਬេស ਹੈ ਇੱਕ ਸਾਖਸ਼ੀਵਾ ਪੈਦਾ ਕਰਨਾ ਹਮ ਸਾਖਸ਼ੀਵਾ ਪੈਦਾ ਹੋ ਗਿਆ ਤਾਂ ਮਨੁੱਖ ਆਪਣੀ ਆਤਮਾ ਤੋਂ ਜਾਣੂ ਹੋਣਾ ਸ਼ੁਰੂ ਹੋ ਜਾਏਗਾ ਹਮ ਇਹ ਸਾਡੀ ਕਿ ਯਾਤਰਾ ਹੈ ਭਾਰਤੀ ਦਰਸ਼ਨ ਦੇ ਵਿੱਚ ਜੀ 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 ਸੋ ਇਸ ਲਈ ਅਸੀਂ ਤਾਂ ਜੋ ਸਾਡਾ ਇਹ ਵਿਰੋਧਤਾ ਕਰਦਾ ਹੈਗਾ ਤਾਂ ਸਾਡੇ ਭਾਰਤ ਵਿੱਚ ਇਹ ਚੀਜ਼ ਮੰਨੀ ਜਾਂਦੀ ਹੈਗੀ ਕਿ ਵੀ ਇਹਨੂੰ ਐਕਸੈਪਟ ਕਰੋ ਅੰਗੀਕਾਰ ਕਰੋ ਹਮ ਅਲਟੀਮੇਟਲੀ ਜਿਹੜੀ ਜਿੱਤ ਹੈਗੀ ਆ ਉਹ ਸੱਚ ਦੀ ਹੋਵੇਗੀ ਹਮ ਝੂਠ ਦਾ ਜਿਹੜਾ ਸਾਰੇ ਦਾ ਸਾਰਾ ਬੋਲਬਾਲਾ ਹੈ ਝੂਠ ਤਾਂ ਸੱਚ ਦੇ ਪੈਰ ਲੈ ਕੇ ਚੱਲਦਾ ਝੂਠ ਦੀ ਆਪਣੀ ਤਾਂ ਕੋਈ ਹੋਂਦ ਹੁੰਦੀ ਨਹੀਂਗੀ ਝੂਠ ਦਾ ਫਾਦੀ ਟਾਈਮ ਪੀਂਗ ਇੱਕ ਛਲਾਵਾ ਉੱਪਰ ਕੇ ਸਾਹਮਣੇ ਆ ਜਾਏਗਾ ਲੱਗੇਗਾ ਕਿ ਵੀ ਇਹੀ ਸੱਚ ਹੈ ਜਿਵੇਂ ਹੁਣ ਆਪਾਂ ਕਿਸਾਨ ਅੰਦੋਲਨ ਨੂੰ ਲੈ ਲਈਏ ਇੱਕ ਨਿੱਕੇ ਝੂਠ ਉੱਪਰ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਸਰਕਾਰ ਨੇ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਇੱਕ ਛਲਾਵਾ ਖੜਾ ਕਰ ਦਿੱਤਾ ਮੈਂ ਤਾਂ ਹੈਰਾਨ ਹੋਣਾ ਹੈਗਾ ਕਿ ਵੀ ਸਾਡੇ ਖਾਸ ਤੌਰ ਤੇ ਪਰ ਪੰਜਾਬ ਦੇ ਲੋਕ ਉਹ ਇੰਨੀ ਬੁਰੀ ਤਰ੍ਹਾਂ ਇੱਕ ਝੂਠ ਦੇ ਛਲਾਵੇ ਵਿੱਚ ਆ ਜਾਂਦੇ ਹੈਗੇ ਆ ਕਿ ਵੀ ਤੁਹਾਡੀਆਂ ਜ਼ਮੀਨਾਂ ਲੈ ਲੈਣੀਆਂ ਵੀ ਕਿਹੋ ਜਿਹਾ ਪ੍ਰੋਪਾਗੈਂਡਾ ਕੀਤਾ ਝੂਠ ਦੇ ਉੱਪਰ ਖੜ ਕੇ ਇਹ ਹੈ ਤਾਂ ਛਲਾਵਾ ਹੀ ਇਹ ਸੁਪਰੀਮ ਕੋਰਟ ਚਲਾ ਗਿਆ ਸੁਪਰੀਮ ਕੋਰਟ ਨੇ ਕਹਿਆ ਤਾਂ ਵੀ ਚੰਗਾ ਵੀ ਤੁਸੀਂ 1.5 ਸਾਲ ਵਾਸਤੇ ਤੁਹਾਡੇ ਉੱਪਰ ਕੋਈ ਨਹੀਂ ਲਾਗੂ ਹੋਣਗੇ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਹੈ ਕਿ ਵਿੱਚ ਕਿਸਾਨਾਂ ਦੀ ਜਿੱਤ ਹੈ ਲੇਕਿਨ ਤੁਸੀਂ ਸਮਝਣ ਦੀ ਕੋਸ਼ਿਸ਼ ਤਾਂ ਕਰੋ ਲੇਕਿਨ ਇਹ ਦੇ ਕੰਟਰੀਰੀ ਟੂ ਇਟ ਹੂੰ ਜਿਹੜੀ ਸਰਕਾਰ ਦੀ ਜਿੱਤ ਹੋਈ ਹੈਗੀ ਆ 26 ਜਨਵਰੀ ਨੂੰ ਹੂੰ ਉਹਨੇ ਦੁਨੀਆ ਚੌਂਕਾ ਕੇ ਰੱਖ ਦਿੱਤੀ ਹੂੰ ਹਿੰਦੁਸਤਾਨ ਦੇ ਵਿੱਚ Hindu population ਨੂੰ ਮੈਂ ਜਿਹੜੇ Hindu ਰਾਸ਼ਟਰ ਨੂੰ ਪਿਆਰ ਕਰਦੇ ਨੇ ਜਿਹੜੇ ਰਾਸ਼ਟਰਪਤੀ ਤੱਤ ਨੇ ਉਹ ਕੰਸੋਲੀਡੇਟ ਹੋ ਗਏ ਹੂੰ ਐਂਡ ਵਰਲਡ ਦੇ ਵਿੱਚ ਸਾਰੇ ਦੇ ਸਾਰੇ ਜੋ ਵੀ ਇਹ ਮਾਰਕਸਿਸਟ ਲਿਬਰਲਿਸਟ ਐਂਡ ਲੈਫਟਿਸਟ ਲੌਬੀ ਸੀ ਐਂਡ ਇਹਨਾਂ ਦਾ ਮੂੰਹ ਬੰਦ ਹੋ ਗਿਆ ਉਹ ਦਾ ਸੋ ਕਾਲਡ ਵਰਲਡ ਲੈਵਲ ਦੇ ਸੈਲੀਬ੍ਰਿਟੀ ਜਿਹੜੇ ਕਿ ਪੰਤ-ਪੰਤ ਦੇ ਕਮੈਂਟ ਦੇ ਰਹੇ ਸੀਗੇ ਉਹ 26 ਜਨਵਰੀ ਦੇ ਇੱਕ ਇਸ ਮੂਮੈਂਟ ਨੂੰ ਕਿਸ ਤਰੀਕੇ ਦੇ ਨਾਲ ਮੋਦੀ ਗਵਰਨਮੈਂਟ ਨੇ ਇਤਨੀ ਸਣ ਇਤਨੀ ਵਿਜਨ ਕਿਉਂਕਿ ਅਲਟੀਮੇਟਲੀ ਜਿੱਤ ਸੱਚ ਦੀ ਹੁੰਦੀ ਹੈਗੀ ਆ ਜੂਠ ਦਾ ਸ਼ਲਾਵਾ ਜਿਹੜਾ ਹੈਗਾ ਉਹ ਆਫਟਰ ਸਮ ਟਾਈਮ ਟੈਟ ਜਾਂਦਾ ਆਪਣੀ ਮੁੱਤੇ ਆਪੇ ਮਰ ਜਾਂਦਾ ਹੈਗਾ ਇਹ ਜਿਹੜੇ ਲੈਫਟਿਸਟ ਲੋਕ ਨੇ ਕਿਉਂ ਬੈਲੈਂਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਹਾਂਜੀ ਕਿਉਂ ਆਪਣੇ ਵਿਰੋਧੀ ਨੂੰ ਹਰਾਉਣਾ ਚਾਹੁੰਦੇ ਨੇ ਕਿਉਂ ਆਪਣੇ ਵਿਰੋਧੀ ਨੂੰ ਮਾਰਨਾ ਚਾਹੁੰਦੇ ਨੇ ਕਿਉਂ ਉਹ ਉਹਦੀ ਇਹ ਰੈਡੀਕੇਸ਼ਨ ਚਾਹੁੰਦੇ ਨੇ ਕਿਉਂਕਿ ਇਹ ਜਿਹੜਾ ਫਿਲਾਸਫੀ ਆਫ ਡੁਅਲਿਜ਼ਮ ਹੈ ਇਸ ਤੋਂ ਪਾਰ ਨਹੀਂ ਜਾਂਦੇ ਠੀਕ ਹੈ ਮੈਂ ਫੇਰ ਰਿਪੀਟ ਕਰਾਂਗਾ ਕਿ ਚਾਹੇ ਇਹ ਮਾਰਕਸਿਜ਼ਮ ਹੈ ਲੈਫਟ ਆਡਿਓਲੋਜੀ ਹੈ ਚਾਹੇ ਇਹ ਇਸਲਾਮ ਹੈ ਚਾਹੇ ਕ੍ਰਿਸਚੀਅਨਿਟੀ ਹੈ ਜਾਏ ਇਨ ਕੇ ਜੂਇਸਮ ਹੈ ਜਿਤਨੀਆਂ ਵੀ ਇਹ ਵੈਸਟਰਨ ਕਮਨਲ ਸੈਕਸ ਨੇ ਐਡ ਵੈਸਟਰਨ ਫਲਸਫੀਜ਼ ਨੇ ਇਹ ਦੀਸ ਪੀਪਲ ਦੀਸ ਆਡੀਓਲੋਜੀਜ਼ ਆਰ ਕਨਫਾਈਨਡ ਓਨਲੀ ਅਪ ਟੂ ਦਾ ਡੁਅਲਿਜ਼ਮ ਆਫ ਦਿਸ ਲਾਈਫ ਉਸ ਡੁਅਲਿਜ਼ਮ ਦੋ ਦੋ ਪ੍ਰੋਦੀ ਫੋਰਸਸ ਨੇ ਉਹਨਾਂ ਨੂੰ ਚਾਹੇ ਕਲਾਸ ਸਟ੍ਰਗਲ ਦਾ ਨਾਮ ਦੇ ਲੈਣ ਚਾਹੇ ਆਪਸੀ ਉਹਨਾਂ ਦਾ ਜੋ ਵੀ ਨਾਮ ਦੇ ਲੈਣ ਲੇਕਿਨ ਇਸ ਤੋਂ ਪਾਰ ਨਹੀਂ ਜਾਂਦੇ ਇਦੇ ਉੱਪਰ ਹੀ ਪਰਸਾਤ ਮਨੁੱਖ ਦੀ ਸਾਰੀ ਸਾਰੀ ਸਾਈਕੋਲੋਜੀ ਖੜੀ ਹੈਗੀ ਆ ਵੈਸਟਰਨ ਸਾਈਕੋਲੋਜੀ ਦੇ ਅਸੀਂ ਫਾਦਰ ਫਰਾਇਡ ਨੂੰ ਕਹਿੰਦੇ ਹਾਂ ਐਡਲਰ ਨੂੰ ਜੁੰਗ ਨੂੰ ਬੜੇ ਵੱਡੇ ਹੋਰ ਹੈਗੇ ਨੇ ਸਾਈਕੋਲੋਜੀਸਟ ਜੀ ਜੀ ਲੇਕਰ ਗੱਲ ਨਹੀਂ ਹੁੰਦੀ ਹੈਗੀ ਆ ਕਿ ਉਹ ਸਾਈਕੋਲੋਜੀਸਟ ਵੀ ਇਸ ਡੁਆਲਿਜ਼ਮ ਤੋਂ ਪਾਰ ਨਹੀਂ ਜਾਂਦੇ ਅੱਛਾ ਅੱਛਾ ਡੁਆਲਿਜ਼ਮ ਕੀ ਹੈ ਮਾਈਂਡ ਸਾਰਾ ਪਹਾੜਾ ਤਾਂ ਮਨੁੱਖ ਦਾ ਇਸ ਮਾਈਂਡ ਦੇ ਵਿੱਚ ਹੀ ਆ ਨਾ ਹਾਂਜੀ ਐਂਡ ਅਸੀਂ ਭਾਰਤ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਇੱਕ ਵੀਰ ਜੀ ਨੇ ਜਹਨਾਨਕ ਨੇ ਦਾਦੂ ਨੇ ਬਲਟੂ ਜੋ ਵੀ ਸਾਡੀ ਵਸਤ ਹੈਗੀ ਪਾਰਤ ਵਿੱਚ ਜੀ ਉਹਨੂੰ ਇਹਨਾਂ ਨੇ ਸੁਰਤੀ ਕਿਆ ਹਮ ਨਿੱਕੇ ਹੁੰਦੇ ਵੀ ਸਾਡੇ ਬਜ਼ੁਰਗ ਕਹਿੰਦੇ ਉਹ ਸੁਰਤ ਕਰ ਓਏ ਹਮ ਐਡਾ ਸੋਹਣਾ ਲਬਜ਼ ਸੁਰਤ ਕਰਨ ਓਏ ਜਾਂ ਤੇਰੀ ਸੁਰਤ ਕਿੱਥੇ ਚਲ ਗਈ ਸੁਰਤ ਕਿੱਥੇ ਚਲੀ ਗਈ ਜਾਂ ਦੂਜੇ ਪਾਸੇ ਜੀ ਕਹਿ ਦਿੰਦੇ ਹੈਗੇ ਯਾਂ ਕਿ ਆਮਨੀ ਅਵਸਥਾ ਆਮਨ ਆਮਨੀ ਅਵਸਥਾ ਮੀਨ ਹੁਣ ਮਨ ਨਹੀਂ ਰਿਹਾ ਹਮ ਵਾਹ ਸੁਰਤ ਹੋ ਗਿਆ ਸਾਖੀ ਬਾਪ ਸੁਰਤੀ ਕਰਨਾ ਧਿਆਨ ਕਰਨਾ ਮੀ ਸਾਖੀ ਬਾਪ ਸਾਖੀ ਕੌਣ ਜਿਹੜਾ ਕਿ ਇਸ ਮਨ ਦੇ ਇਸ ਦੋਵੇਂ ਪਹਿਲੂਆਂ ਨੂੰ ਦਵੰਤ ਦੇਸ ਜੋ ਅਸੂਰੀ ਅਤੇ ਦੇਵੀ ਸ਼ਕਤੀਆਂ ਨੇ ਇਹਨਾਂ ਦੋਮੋ ਦੇ ਘੋੜ ਨੂੰ ਜਿਹੜਾ ਦੇਖ ਰਿਹਾ ਹੂੰ ਉਹਨੂੰ ਅਸੀਂ ਕਹਿੰਦਾ ਸੁਰਤ ਕਰਨਾ ਦੇਖ ਲਿਆ ਗਵਾਹ ਬਾਪ ਹੋ ਗਿਆ ਸਾਖੀ ਬਾਪ ਹੋ ਗਿਆ ਵਿਟਨੈਸ ਬਣ ਗਿਆ ਜਦੋਂ ਅਸੀਂ ਵਿਟਨੈਸ ਬਣ ਗਏ ਅਸੀਂ ਮਨ ਤੋਂ ਪਾਰ ਹੋ ਗਏ ਉਹਨਾਂ ਅਜ਼ੀਨ ਆ ਦਿੱਤਾ ਅਮਨ ਪੀਸ ਅਮਨੀ ਅਵਸਥਾ ਇੱਕ ਪਾਸੇ ਤਾਂ ਸਾਡਾ ਹੈ ਭਾਰਤ ਦੀ ਦਰਸ਼ਨ ਇਹਦੇ ਉੱਪਰ ਖੜਾ ਹਾਂ ਜੀ ਕਿ ਅਸੀਂ ਅਮਨੀ ਅਵਸਥਾ ਇਨ ਸਾਖਸ਼ੀ ਬਾਪ ਦੇ ਵਿੱਚ ਇਸ ਦਵੰਦ ਤੋਂ ਪਾਰ ਹੋ ਕੇ ਕਿਵੇਂ ਇਸ ਨੈਚਰਲ ਇਵੋਲੂশনারੀ ਪ੍ਰੋਸੈਸ ਦਾ ਅਸੀਂ ਹਿੱਸਾ ਬਣਨਾ ਔਰ ਵਿਕਾਸ ਕਰਨਾ ਵਿਕਾਸ ਤਾਂ ਚੱਲਦਾ ਰਹਿਣਾ ਕਰੋਤ ਨਾ ਦੀ ਚੀਜ਼ ਹੈ ਸੰਸਾਰ ਤੇ ਹੈ ਨਹੀਂ ਕਿ ਕਿਉਂ ਨਹੀਂ ਹੈਗੀ ਕਿਉਂਕਿ ਜਿਹੜੀ ਕੌਨਸ਼ੀਅਸਨੈਸ ਹੈ ਬੇਸਿਕ ਡਾਇਨਾਮਿਕ ਇਟਰਨਲ ਫੋਰਸ ਦੈਟ ਇਜ਼ ਇਨ ਅ ਕੰਟੀਨਿਊਸ ਪ੍ਰੋਸੈਸ ਉਹ ਇੱਕ ਲਗਾਤਾਰ ਵਗ ਰਹੀ ਹੈ ਡਾਇਨਾਮਿਕ ਫੋਰਸ ਹੈ ਉਹ ਜਦ ਉਹ ਨਹੀਂ ਖੜਦੀ ਤੇ ਮਨੁੱਖ ਕਿਦਾਂ ਖੜ ਜਾਏਗਾ ਲੇਕਨ ਇਹ ਜਿਹੜੇ ਸਾਡੇ ਵੈਸਟਰਨ ਸਾਈਕੋਲੋਜਿਸਟ ਨੇ ਵੈਸਟਰਨ ਫਿਲਾਸਫਰ ਨੇ ਸਾਡੇ ਮਾਰਕਸਿਸ ਨੇ ਮੈਂ ਹੈਰਾਨ ਹੁਣਾ ਹੈਗਾ ਕਿ ਕੋ ਯੂਰਕਸਫੋਰਡ ਯੂਨੀਵਰਸਿਟੀ ਤੋਂ ਬੋਲ ਰਿਹਾ ਕੋ ਕੰਪਲਟ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਬੋਲ ਰਿਹਾ ਹੈ ਜੀ ਐਂਡ ਉਹ 20 30 40 40 ਸਾਲ ਕੀ 100 100 ਸਾਲ ਹੋ ਚੱਲਿਆ ਉਹਨਾਂ ਨੂੰ ਉਹਨਾਂ ਦੀ ਇਸੇ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਹਰਾਨੀ ਆਉਂਦੀ ਹੈ ਕਿ ਵੀ ਜਿਸ ਨੂੰ ਅਸੀਂ ਈਵੋਲੂਸ਼ਨ ਕਹਿੰਦੇ ਆ ਪਰਟੀਕਲ ਇੰਡੀਆ ਜਿਸ ਨੂੰ ਕੌਂਸ਼ੀਅਸ ਈਵੋਲੂਸ਼ਨ ਕਹਿੰਦਾ ਆ ਇਹ ਪ੍ਰੋਫੈਸਰ ਇਹ ਇਤਨੇ ਤਕੜੇ ਸਕਾਲਰ ਜੁਨਿਵਰਸਿਟੀਾਂ 'ਚ ਬੈਠੇ ਕੋਈ ਹੀ ਬੋਲੀ ਬੋਲੀ ਜਾ ਰਹੇ ਹੈਗੇ ਡੁਅਲਿਜ਼ਮ ਤੇ ਪਰਧਾਰਤ ਇਸ ਤੋਂ ਪਾਰ ਇਹਨਾਂ ਨੂੰ ਕਦੇ ਇਹ ਖਿਆਲ ਹੀ ਨਹੀਂ ਆਇਆ ਕਿ ਯਾਰ ਅਸੀਂ ਇਹਦੇ ਵਿੱਚੋਂ ਅਟੇ ਨਹੀਂ ਕੀ ਕੀਤਾ ਇਕ ਮਨੁੱਖ ਦੀ ਆਦਤ ਹੈਗੀ ਆ ਕਿ ਉਹ ਦੇਖੇ ਤਾਂ ਸਹੀ ਕਿ ਜੋ ਕੁਝ ਮੈਂ ਕਰ ਰਿਹਾ ਇਹਦੇ ਵਿੱਚੋਂ ਪ੍ਰਾਪਤ ਕੀ ਕੀਤਾ ਨਹੀਂ ਪ੍ਰਾਪਤ ਕੀਤਾ ਤਾਂ ਮੈਂ ਅੱਗੇ ਚੱਲਾਂ ਕੁਝ ਪ੍ਰਾਪਤ ਕੀਤਾ ਤਾਂ ਕੁਝ ਹੋਰ ਪ੍ਰਾਪਤ ਕਰਾਂ ਹਵਾਲਾ ਤੁਸੀਂ ਤਾਦੀ ਹੋਵਾਂਗੇ ਨਾ ਲੇਕਿਨ ਜਦੋਂ ਅਸੀਂ ਡੁਅਲਿਜ਼ਮ ਤੇ ਖੜ ਜਾਂਦੇ ਆ ਜਿਵੇਂ ਐਡਲਰ ਐਂਡ ਸਾਰੇ ਫਰੱਡ ਕਹਿੰਦਾ ਹੈਗਾ ਕਿ ਮਨੁੱਖ ਮਨ ਤੋਂ ਪਾਰ ਨਹੀਂ ਜਾ ਸਕਦਾ ਜਿਹੜੀ ਅਸੀਂ ਇਹਨੂੰ ਸਾਈਕੋਲੋਜੀ ਸਾਈਕੋਥੈਰੇਪੀ ਦਿੰਦੇ ਆ ਜਾਂ ਜਿਸ ਪ੍ਰਕਾਰ ਦਾ ਵੀ ਉਹਨੂੰ ਟ੍ਰੀਟਮੈਂਟ ਦਿੰਨੇ ਹੈਗਾ ਸਾਈਕੋਲੋਜੀਕਲ ਉਹਨੂੰ ਇਸ ਮਨ ਦੇ ਦੋਨਾਂ ਜੋ ਡਾਇਲੈਕਟੀਕਲ ਇਨਦਰ ਫੇਸਿਸ ਨੇ ਅਸਪੈਕਟ ਨੇ ਇਹਦੇ ਵਿੱਚ ਜਿਵੇਂ ਕੋ ਨੂੰ ਜਸਟ ਕਰ ਸਕਦੇ ਆ ਲੇਕਿਨ ਨਾ ਇਹ ਥਲੇ ਡਕਦਾ ਤਾਂ ਜਾਨਵਰ ਬਣ ਜਾਂਦਾ ਤੇ ਭਾਰਤ ਕਹਿੰਦਾ ਹੈਗਾ ਉੱਪਰ ਹੁੜਦਾ ਪਰਮਾਤਮ ਬਣ ਜਾਂਦਾ ਉਹ ਪਰਮਾਤਮ ਬਣਦਾ ਉਹਨਾਂ ਪਾਸ ਕਨਸੈਪਟ ਹੈ ਨਹੀਂ ਉਹ ਸਿਰਫ ਇਸ ਸਟਰਗਲ ਜੋ ਹੈ ਡੁਆਲਿਜ਼ਮ ਦੀ ਡਾਇਲੈਕਟੀਕਲ ਫੋਰਸਿਸ ਦੀ ਆਪਸ ਵਿੱਚ ਜੋ ਟਕਰਾਅ ਹੋਇਆ ਹੈ ਉਹ ਮਨ ਹੈ ਉਸ ਮਨ ਤੋਂ ਬਾਹਰ ਨਾ ਵੈਸਟਰਨ ਸਕਾਲੋਜੀ ਜਾਂਦੀ ਆ ਨਾ ਮਿਸਟਿਕ ਫਲਸਫੀ ਜਾਂਦੀ ਹੈਗੀ ਨਾ ਇਹ ਗੁੰਮਲ ਸੈਕਸ ਜਾਂਦੀ ਨੇ ਸੋ ਇਸ ਲਈ ਜਿਹੜੀ ਇਸ ਵਕਤ ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਇੱਕ ਦਿਨ ਦੇ ਵਿੱਚ ਇੱਕ ਅਟਿਓਲੋਜੀਕਲ ਵਾਰ ਹੈ ਇੱਕ ਸਿਵਲਾਈਜ਼یشنل ਵਾਰ ਹੈ ਸਾਡੀ ਸਿਵਲਾਈਜ਼ੇਸ਼ਨ ਸਾਡੀ ਜਿਹੜੀ ਅਟਿਓਲੋਜੀ ਹੈ ਉਹ ਰੈਸਟ ਆਫ ਦਾ ਵਰਲਡ ਉਹਨੂੰ ਐਕਸੈਪਟ ਨਹੀਂ ਕਰ ਰਿਹਾ ਅੰਡ ਵਰਲਡ اتنا ਹੰਕਾਰੀ ਆ ਜਿਹੜਾ ਵਿਅਕਤੀ ਅਡੋਲਸੈਂਸ ਤੱਕ ਸੀਮਿਤ ਹੋਵੇਗਾ ਉਹ ਤੇ ਵਿੱਚ ਹੰਕਾਰ ਨੂੰ ਕਿ ਦੂਜੇ ਨੂੰ ਟੋਲਰੈਂਟ ਨਹੀਂ ਕਰਦਾ ਹੰਕਾਰ ਕੀ ਹੈ ਕਿ ਮੈਂ ਦੂਸਰ ਨੂੰ ਐਕਸੈਪਟ ਨਹੀਂ ਕਰਦਾ ਤੂੰ ਮੇਰਾ ਕਹਿਣਾ ਮੰਨ ਤੇ ਅਸੀਂ ਕਹਿੰਦੇ ਤੈਨੂੰ ਵੈਸੀ ਮੰਨਦੇ ਹੈਗੇ ਆ ਲੇਕਿਨ ਹੰਕਾਰੀ ਵਿਅਕਤੀ ਕਹਿੰਦਾ ਨਹੀਂ ਮੈਂ ਤੈਨੂੰ ਖਤਮ ਕਰਾਂਗਾ ਸੋ ਇਹ ਜਦੋਂ ਅਸੀਂ ਦੂਸਰੇ ਨੂੰ ਨਹੀਂ ਐਕਸੈਪਟ ਕਰਦੇ ਤਾਂ ਇੱਕ ਵੱਖਰੀ ਪ੍ਰਕਾਰ ਦੀ ਨਫ਼ਰਤ ਜਨਮ ਲੈਂਦੀ ਹੈਗੀ ਆ ਇੱਕ ਥੀਓਰੋਜੀਕਲ ਵਾਰ ਬਣ ਜਾਂਦੀ ਹੈਗੀ ਆ ਜਿਹੇ ਚ ਕੱਲਾ ਭਾਰਤ ਇਜ਼ ਅ ਸੀਟ ਆਫ ਨੌਨ ਡੁਆਲਿਜ਼ਮ ਜਿਹਨੂੰ ਅਸੀਂ ਅਦਵੈਤਿਆ ਕਿਹਾ ਜਿਹਨੂੰ ਅਸੀਂ ਸਤਵ ਗੁਣ ਦੀ ਪ੍ਰਾਪਤੀ ਕਿਹਾ ਬਾਕੀ ਧਰਨੀ ਯਾਤਰਾ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਇਹ ਡਾਕਟਰ ਸਾਹਿਬ ਜਿਵੇਂ ਲੌਜੀਕਲ ਵੇ ਨਾਲ ਇਹੋ ਚੀਜ਼ਾਂ ਜਿਵੇਂ ਤੁਸੀਂ ਥੋੜੀ ਜਿਹੀ ਕਿਸਾਨ ਸਟਰਗਲ ਦੀ ਵੀ ਗੱਲ ਕੀਤੀ ਜਿਹੜਾ ਡੈਡਲੌਕ ਹੈਗਾ ਲੌਜੀਕਲ ਵੇ ਲੌਜੀਕਲ ਵੇ ਰੱਖੇ ਵੀ ਟੁੱਟ ਸਕਦਾ ਹੈਗਾ ਇਥੇ ਕਿ ਦੇਖੋ ਪਹਿਲਾਂ ਤਾਂ ਮੈਂ ਆਪਾਂ ਜਿਹੜਾ ਬੇਸ ਲਿਆ ਹਾਂ ਜੀ ਕਿ ਇਸ ਕਨਸਾਨ ਅੰਦੋਲਨ ਨੂੰ ਚਲੋ ਲੈਫਟਿਸਟਾਂ ਇਹਨਾਂ ਦੇ ਲੀਡਰ ਹੈਗੇ ਹੈਗੇ ਜੀ ਵੈਸੇ ਵੀ ਜਿਹੜੇ ਨੌਨ ਲੈਫਟਿਸਟ ਵੀ ਹੁੰਦੇ ਨੇ ਹਾਂ ਜੀ ਜਿਹੜੇ ਕਿ ਰਾਜਨੀਤੀ ਦੇ ਵਿੱਚ ਆਉਂਦੇ ਨੇ ਹੂੰ ਰਾਜਨੀਤੀ 'ਚ ਵਿਅਕਤੀ ਆਉਂਦਾ ਕਿਉਂ ਆ ਹੂੰ ਰਾਜਨੀਤੀ ਵਿਅਕਤੀ ਉਹੀ ਆਉਂਦਾ ਆ ਜਿਨੇ ਆਪਣੀ ਹੰਕਾਰ ਪੂrti ਕਰਨੀ ਹੁੰਦੀ ਹੈ ਜੀ ਰਾਜਨੀਤੀ ਇੱਕ ਬਹੁਤ ਬਿਊਟੀਫੁਲ ਸਟੇਅਰ ਹੈ ਸੀੜੀ ਹੈ ਹੂੰ टू फुलफिल दैट ईगोइज्म हम्म ਉੱਤੇ ਫਿਰ ਉਹੀ ਆ ਜਾਂਦਾ ਵੈਸਟਰਨ ਰਾਜਨੀਤੀ ਵੈਸਟਰਨ ਸਾਈਕੋਲੋਜੀ ਐਂਡ ਫਲਸਫੀ ਵਾਲੀ ਰਾਜਨੀਤੀ ਤੇ ਇੰਡੀਅਨ ਰਾਜਨੀਤੀ ਹਾਂਜੀ ਇੰਡੀਅਨ ਰਾਜਨੀਤੀ ਜਿਹੜੀ ਹੈਗੀ ਆ ਉਹਦੇ ਵਿੱਚ ਦੇਵੀ ਸ਼ਕਤੀ ਹਾਵੀ ਹੋਵੇਗੀ ਹਾਂ ਬਿਲਕੁਲ ਠੀਕ ਹੈ ਉਹ ਦੇਵੀ ਸ਼ਕਤੀ ਜਿੱਦਾਂ ਵੀ ਹੈ ਉਹ ਚੱਲੇਗੀ ਕਿ ਕਿਸੇ ਤਰੀਕੇ ਦੇ ਨਾਲ ਮੈਂ ਇਹੋ ਜਿਹੀ ਰਾਜ ਦੀ ਸਥਾਪਨਾ ਕਰਾਂ ਜਿੱਥੇ ਨੌਨ ਰੋਇਲਿਜ਼ਮ ਜਿੱਥੇ ਦਵਤਿਆ ਹਮ ਦੇਵਲ ਫੋਵੇ ਜਿੱਥੇ ਅਸੀਂ ਇਹਨਾਂ ਦੋਵਾਂ ਪੈਲ ਨੂੰ ਤੋਂ ਪਾਰ ਜਾ ਕੇ ਤੀਸਰੇ ਪੈਲ ਨੂੰ ਗਈ ਕਾਰਕਰੀਏ ਐਂਡ ਬੈਲੈਂਸ ਹੋ ਜਾਈਏ ਇਹ ਭਾਰਤ ਦੀ ਰਾਜਨੀਤੀ ਹੈ ਬਿਲਕੁਲ ਠੀਕ ਹੈ ਇਸ ਕਰਕੇ ਇਹ ਜਿਹੜੀ ਜਿਹਨੂੰ ਅਸੀਂ ਹਿੰਦੂ ਦਰਸ਼ਨ ਕਹਿੰਦੇ ਆ ਭਾਰਤੀ ਦਰਸ਼ਨ ਕਹਿੰਦੇ ਹੈਗੇ ਆ ਇਹਦਾ ਇੱਕ ਇੱਕ ਪਾਸੇ ਇਹ ਹੈ ਡਾਇਓਲੋਜੀਕਲੀ ਹਾਂਜੀ ਇੱਕ ਪਾਸੇ ਦੂਸਰੇ ਨੇ ਹਾਂਜੀ ਜਿਹਦੇ ਦਾ ਨਰੋਲ ਮਕਸਦ ਜਿਨ੍ਹਾਂ ਦਾ ਈਗੋ ਸੈਟਿਸਫੈਕਸ਼ਨ ਹੰ ਹੰਕਾਰ ਪੂਰਤੀ ਐਂਡ ਹੰਕਾਰ ਪੂਰਤੀ ਵਾਸਤੇ ਰਾਜਨੀਤੀ ਬਹੁਤ ਵੱਡੀ ਵਧੀਆ ਟੂਲ ਹੈ। ਹੂੰ। ਇਸ ਤੋਂ ਵਧੀਆ ਟੂਲ ਹੋਰ ਕੋਈ ਨਹੀਂ। ਪਰ ਸੁਸਾਇਟੀ ਦਾ ਤਾਂ ਨਾਸ਼ ਹੋ ਜਾਏਗਾ ਨਾ। ਸੱਡੀ ਦਾ ਤਾਂ ਅੱਜ ਤੱਕ ਹੋਰ ਆਪਣੀ ਦੀ ਹੋਰ ਵੀ ਗਹਿਰਾਈ ਵਿੱਚ ਜਾਵਾਂਗੇ ਨਾ। ਹੂੰ। ਭਾਰਤੀ ਦਰਸ਼ਨ ਬੜਾ ਯੂਨੀਕ ਐਂਡ ਪੈਰਾਡਾਕਸ ਐਂਡ ਮਿਸਟੀਰੀਅਸ ਆ। ਹੂੰ। ਕਿਉਂ? ਕਈ ਲੋਕ ਮੈਨੂੰ ਕਹਿੰਦੇ ਹੁੰਦੇ ਨੇ। ਉਹ ਯਾਰ ਡਾਕਟਰ ਸਾਹਿਬ ਨੂੰ ਕੀ ਕਹਿਣਾ? ਉਹਨੇ ਕਿਹਾ ਇਹ ਵੀ ਠੀਕ ਆ। ਮਾ ਦੇ ਜੀ। ਜੋ ਕੁਝ ਪਿਛੇ ਹੋਇਆ ਉਹ ਵੀ ਠੀਕ ਆ ਜੋ ਕੁਝ ਹੋਣਾ ਹੈ ਇਹ ਵੀ ਠੀਕ ਹੈ ਜੋ ਕੁਝ ਅੱਗੇ ਹੋਵੇਗਾ ਉਹ ਵੀ ਠੀਕ ਹੋਵੇਗਾ ਇਹ ਸਾਡਾ ਭਾਰਤੀ ਦਰਸ਼ਨ ਆ ਅਸੀਂ ਕਿਸੇ ਨੂੰ ਗਲਤ ਕਹਿੰਦੇ ਨਹੀਂਗੇ ਇਸੇ ਕਰਕੇ ਟੋਲਰੈਂਟ ਆ ਲੇਕਿਨ ਇਹ ਜਿਹੜੀ ਈਗੋ ਸੈਟੀਸਫੈਕਸ਼ਨ ਦਾ ਪੋਲਿਟਿਕਸ ਹੈ ਇਦਾਂ ਕਹ ਲਈ ਜਿਸ ਨੂੰ ਮੈਂ ਆਇਡਿਓਲੋਜੀਕਲ ਵਾਰ ਕਹਿਣਾ ਹੈਗਾ ਇੱਕ ਪਾਸੇ ਤਾਂ ਆ ਲੋਕ ਨੇ ਜਿਹੜੇ ਕਿ ਕੁਝ ਸਮਾਜ ਦੀ ਬਿਹਤਰੀ ਵਾਸਤੇ ਇਨਸਾਨ ਦੀ ਬਿਹਤਰੀ ਵਾਸਤੇ ਅਨ ਤੁਸੀਂ ਦੇਖੋ ਨਾ ਕਿ ਭਾਰਤ ਨੇ ਆਪਣੀ ਜਿਹੜੀ ਆਯੁਰਵੈਦ ਵਿਦਿਆ ਹੈ ਹਮ ਆਪਣਾ ਜਿਹੜਾ ਮਿਊਜ਼ਿਕ ਹੈ ਆਪਣਾ ਯੋਗ ਹੈ ਪ੍ਰਾਣਯਾਮ ਹੈ ਮੈਡੀਟੇਸ਼ਨ ਹੈ ਕਿਤੇ ਹਮਲਾ ਨਹੀਂ ਕੀਤਾ ਹਮ ਕਿ ਜਿੱਥੇ ਕਿਤੇ ਵੀ ਛੋੜਾ ਬੋਲਤਾ ਵੀ ਵਿਅਕਤੀ ਨੂੰ ਸਮਝ ਆ ਜਾਂਦੀ ਆ ਜਿਹੜੀਆਂ ਆਪਾਂ ਗੱਲਾਂ ਪਿਛਲੇ ਐਪੀਸੋਡ ਚ ਕੀਤੀਆਂ ਅੱਜ ਵੀ ਕਰ ਰਹੇ ਹੈਗੇ ਆ ਹਮ ਜਿਹੜਾ ਵਿਅਕਤੀ ਵੀ ਇਹਨਾਂ ਨੂੰ ਦੇਖੇਗਾ ਕਿ ਯਾਰ ਗੱਲਬਾਤ ਇਹ ਕੀ ਹੋਈ ਇਸ ਵਿਸ਼ੇ ਉੱਪਰ ਤਾਂ ਅਸੀਂ ਕਦੇ ਸੋਚਣ ਦੀ ਜ਼ਹਿਮਤ ਨਹੀਂ ਕੀਤੀ ਕਦੇ ਇਹਨੂੰ ਵਿਚਾਰਨ ਵਾਲੇ ਦੁਰਜਾ ਵੀ ਕਿ ਭਾਰਤ ਕਹਿੰਦਾ ਕੀ ਆ ਅਗਰ ਉਹ ਸੋਚੇਗਾ ਤਾਂ ਸਮਝ ਜਾਵੇਗੀ ਕਿ ਇਹ ਵਿਦਾਊਟ ਐਨੀ ਇਨਵੀਜ਼ਨ ਇੰਡੀਆ ਦੇ ਆ ਪੰਛੀ ਜਿਹੜੇ ਹੈਗੇ ਨੇ ਇਹਦੀ ਸੁਗੰਧ ਇਹਦੀ ਫ੍ਰੈਗਰੈਂਸ ਵੱਲ ਤੱਕ ਚਲੀ ਜਾਂਦੀ ਹੈਗੀ ਆ ਲੇਕਿਨ ਉਹ ਜਿਹੜਾ ਦਵੰਤ ਤੱਕ ਸੀਮਤ ਹੰਕਾਰੀ ਵਿਅਕਤੀ ਹੈ ਉਹ ਕਹਣਾ ਨਹੀਂ ਇਹਨੂੰ ਤਾਂ ਮੈਂ ਖਤਮ ਕਰਾਂਗਾ ਸਾਡੇ ਪਾਸ ਐਸੀ ਗੱਲ ਕੋਈ ਨਹੀਂ ਭਾਰਤ ਇੱਕ ਇਹੋ ਜਿਹਾ ਖਜ਼ਾਨਾ ਆ ਇਹਦੇ ਪਾਸ ਦੋ ਖਜ਼ਾਨੇ ਨੇ ਹਮ ਇੱਕ ਸਾਡੇ ਪਾਸ ਗਿਆਨ ਦਾ ਖਜ਼ਾਨਾ ਆ ਹਮ ਜਿਹੜਾ ਕਦੇ ਮੁੱਕ ਨਹੀਂ ਸਕਦਾ ਹਮ ਦੂਜੇ ਪਾਸੇ ਸਾਡੇ ਪਾਸ ਮਟੀਰੀਅਲ ਵਾਲਾ ਵੀ ਖਜ਼ਾਨਾ ਆ ਜਿੰਨਾ ਸੋਨਾ ਅੱਜ ਵੀ ਭਾਰਤ ਦੇ ਵਿੱਚ ਹੈ ਮੇਰੇ ਖਿਆਲ ਨਾਲ ਦੁਨੀਆ 'ਚ ਨਾ ਹੋਵੇ ਹਾਂ ਸ਼ਾਇਦ ਪੂਰੀ ਦੁਨੀਆ 'ਚ ਨਾ ਹੋਵੇ ਅਸੀਂ ਦੋਨੇ ਪਾਸੇ ਅਮੀਰ ਆ ਹਮ ਹੁਣ ਜਿਹੜਾ ਡੁਅਲਿਜ਼ਮ ਤੱਕ ਸੀਮਤ ਚਾਹੇ ਗੁਮਨ ਲਖਤੇ ਫਾਲੋਅਰਸ ਨੇ ਅਤੇ ਚਾਹੇ ਮਾਰਕਸਿਸ ਤੋਂ ਕਾਲਡ ਲੈਫਟਿਸਟਸ ਨੇ ਜਦੋਂ ਇਹ ਰਾਸਤਾ ਕੈਪਚਰ ਕਰਦੇ ਨੇ ਇਹਨਾਂ ਦਾ ਮਕਸਦ ਸਿਰਫ ਹੰਕਾਰ ਪੂਰਤੀ ਹੰਕਾਰ ਪੂਰਤੀ ਚਾਹ ਕੇ ਇਹ ਪਹਿਲਾ ਕੰਮ ਕੀ ਕਰਦੇ ਨੇ ਕਿ ਜਿਹੜਾ ਇਹਨਾਂ ਨੂੰ ਜਿਹਨੂੰ ਦੁਸ਼ਮਣ ਸਮਝਦੇ ਆ ਉਹਨੂੰ ਖਤਮ ਕਰਦੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈਗੀ ਮੈਨੂੰ ਬਹੁਤ ਸਿੱਧਾ ਭਾਰਤ ਸਾਹਿਬ ਕਈ ਵਾਰੀ ਮੈਂ ਥੋੜਾ ਜਾ ਦਾਸ ਵੀ ਹੋ ਜਨਣਾ ਹੈ ਇਹ ਜਾਣ ਕੇ ਕਿ ਪਿਛਲੇ 1000 ਸਾਲ ਦੇ ਵਿੱਚ ਜਦੋਂ 10ਵੀਂ 11ਵੀਂ ਸਦੀ ਸੀ ਤਾਂ ਇੰਡੀਆ ਵਾਸ ਅ ਸੀਟ ਆਫ ਦਾ ਵਰਲਡ এডੂਕੇਸ਼ਨ ਹਾਂਜੀ ਹਾਂਜੀ ਹਾਂ ਇਤਨੀਆਂ ਇੱਥੇ ਬਿਊਟੀਫੁਲ ਜੁਨੀਵਰਸਿਟੀ ਸਨ ਹਮ ਐਂਡ ਓਨ ਅ ਜੁਨੀਵਰਸਿਟੀ ਦੇ ਵਿੱਚ ਕਿਤਨਾ ਬਿਊਟੀਫੁਲ ਲਿਟਰੇਚਰ ਪਿਆ ਸੀ ਪੂਰੇ ਵਰਲਡ ਤੋਂ ਇੱਥੇ ਪੜਨਾ ਆਉਂਦੇ ਸੀ ਸਾਡੇ ਜਿਹੜੇ ਸੈਂਕਲਿਟਸ ਅਗੇ ਉਹ ਜੁਨੀਵਰਸਿਟੀਾਂ ਵਿੱਚ ਇਨਾ ਬਿਊਟੀਫੁਲ ਲਿਟਰੇਚਰ ਸੀ ਹਰ ਚੀ ਦਾ ਉਹ ਵਕਰੀ ਗੱਲ ਹੈ ਕਿ ਜੇ ਅੱਗੇ ਜਦੋਂ ਉਹਨੂੰ ਪੈਰਾਡੌਕਸ ਲਾਵਾਂਗੇ ਕਿ ਭਾਰਤ ਲਿਖਤੀ ਰੂਪ ਦੇ ਲਿਟਰੇਚਰ ਨੂੰ ਲਾਇਕ ਨਹੀਂ ਕਰਦਾ ਕਿਉਂਕਿ ਭਾਰਤ ਦੀ ਇਹ ਵਿਚਾਰਧਾਰਾ ਕਹਿੰਦੀ ਦਰਸ਼ਨ ਕਹਿੰਦਾ ਹੈਗਾ ਆ ਇਹ ਲਿਖਤੀ ਰੂਪ ਦੇ ਜੋ ਸਕ੍ਰਿਪਚਰ ਆ ਜਾਏਗਾ ਇਹ ਨੇਗੇਟਿਵ ਫੋਰਸ ਦੇ ਸ਼ੈਤਾਨ ਦੇ ਅਸੂਰੀ ਸੰਪਤਾ ਦੇ ਹੱਥ ਪੈਣਾ ਹੈ ਪੈਣਾ ਆ ਐਂਡ ਇੱਚ ਵਿਗਾੜ ਪੈ ਜਾਣਾ ਆ ਇਸ ਕਰਕੇ ਅਸੀਂ ਇਹਨੂੰ ਉਪਨਿਸ਼ਦਿਕ ਲਿਆ ਅਸੀਂ ਉਹਨਾਂ ਦਾ ਕਿ ਉਹ ਪੁਨਿਸਟਿਕ ਤਿੱਕੇ ਨਾਲ ਗਿਆਨ ਪ੍ਰਾਪਤ ਕਰਨਾ ਜੋ ਵੀ ਸੀ ਅਸੀਂ ਇਸ ਕਾਲਜ ਵਿੱਚ ਆ ਕੇ ਜਦੋਂ ਪ੍ਰਿਜ਼ਰਵ ਕੀਤਾ ਲਿਪੀ ਆਈ ਗ੍ਰਾਮਰ ਆਈ ਤੇ ਗ੍ਰੰਥ ਰਚੇ ਗਏ ਐਂ ਜਿਹੜੇ ਡੁਅਲਿਜ਼ਮ ਸੀ ਤਕਸੀਮਤ ਹੰਗਾਰਤ ਪੂਰਤੀਵਾਦ ਦੇ ਚਾਹੇ ਨਵੇਡਰ ਸਗੇ ਇਸਲਾਮਿਕ ਇਨਵੇਡਰ ਸਗੇ ਤੇ ਚਾਹੇ ਬਾਅਦ ਚ ਬ੍ਰਿਟਿਸ਼ ਇਨਵੇਡਰਸ ਆਏ ਤੇ ਚਾਹੇ ਫਿਰ ਲੈਫਟਿਸਟ ਵੀ ਆਏ ਇਹਨਾਂ ਨੇ ਆ ਕੇ ਕੀਤਾ ਕਿ ਹਿੰਦੁਸਤਾਨ ਚ ਜੁਨੀਵਰਸਟੀਆਂ ਸਾਰੀਆਂ ਉਹ ਜੁਨੀਵਰਸਟੀਆਂ ਕਈ ਕਈ ਸਾਲ ਤੱਕ ਸੜਦੀਆਂ ਰਹੀਆਂ ਤਬਾਹ ਹੋ ਗਈਆਂ ਇਤਨਾ ਬਿਊਟੀਫੁੱਲ ਹੋ ਸਾਰੀ ਚੀਜ਼ ਸੀ ਕਿ ਅੱਜ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਠੀਕ ਹੈ ਨਾ ਹਾਂਜੀ ਹਾਂਜੀ ਦੂਸਰਾ ਤੁਸੀਂ ਲੈ ਲਓ ਬ੍ਰਿਟਿਸ਼ ਨੇ ਆ ਕੇ 19 ਸਦੀ ਵਿੱਚ 20ਵੀਂ ਸਦੀ ਵਿੱਚ ਜੋ ਕੁਝ ਕੀਤਾ ਉਹਨਾਂ ਦੀ ਐਫਰਟ ਵੀ ਇਹੀ ਰਹੀ ਕਿ ਆ ਜਿਹੜਾ ਹਿੰਦੁਸਤਾਨ ਦਾ ਇੱਕ ਇਨਵੀਜ਼ੀਬਲ ਗਿਆਨ ਹੈ ਇਹਨੂੰ ਖਤਮ ਕੀਤਾ ਇਹਨੂੰ ਖਤਮ ਕੀਤਾ ਜਾਵੇ ਤੇ ਦੂਜੇ ਪਾਸੇ ਇਹਨੂੰ ਲੁੱਟਿਆ ਜਾਵੇ ਲਾਲ ਕਿਲੇ ਦੇ ਵਿੱਚ ਜਾਂ ਸਾਡੇ ਮੰਦਰਾਂ ਜਾਂ ਕਿਤੇ ਕਿਤੇ ਵੀ ਬ੍ਰਿਟਿਸ਼ ਆਰਮੀ ਨੂੰ ਮੌਕਾ ਮਿਲਿਆ ਫੋਰਸ ਆਪਣਾ ਖਚ ਖਚ ਕੇ ਹੀਰੇ ਜਵਾਹਰਾਤ ਬਿਲਡਿੰਗਾਂ ਚੋਂ ਕੱਢ ਕੇ ਇਹ ਇੰਗਲੈਂਡ ਲੈ ਗਏ ਸੋ ਇਹ ਜਿਹੜੇ ਲੋਕ ਨੇ ਵੈਸਟਰਨ ਸਾਰੀ ਸਾਰੀ ਸਾਈਕੋਲੋਜੀ ਹੈ ਇੱਕ ਪਾਸੇ ਇਹ ਨੇ ਜਿਨ੍ਹਾਂ ਦਾ ਮਕਸਦ ਹੈ ਹੰਕਾਰ ਪੂਰਤੀ ਉਸ ਹੰਕਾਰ ਪੂਰਤੀ ਜਿਹੜੀ ਪੋਲਿਟਿਕਸ ਹੈ ਸਭ ਤੋਂ ਬਿਊਟੀਫੁਲ ਵੇ ਹੈ ਐਂਡ ਉਹਦੇ ਵਾਸਤੇ ਇਹ ਕਿਸੇ ਵੀ ਲਿਮਟ ਤੱਕ ਆਪਣੇ ਜਿਹੜੀ ਆਪੋਜ਼ਿਟ ਫੋਰਸਸ ਹੈ ਉਹਨੂੰ ਇੱਕ ਕਲਾਸਵਾਰ ਦਾ ਵੀ ਨਾਂ ਦੇ ਸਕਦੇ ਨੇ ਕਲਾਸ ਸਟ੍ਰਗਲ ਦਾ ਨਾਂ ਵੀ ਦੇ ਸਕਦੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੇਕਿਨ ਇਹ ਬਹੁਤ ਭੁਲੇਖੇ ਚ ਨੇ ਕਿਉਂਕਿ ਇਹ ਝੂਠ ਦੇ ਉੱਪਰ ਖੜੇ ਨੇ ਅਲਟੀਮੇਟਲੀ ਤੁਸੀਂ ਹੁਣ ਦੇਖੋ ਨਾ 5000 ਸਾਲ ਬਾਅਦ ਸਹੀ 1000 ਸਾਲ ਬਾਅਦ ਆ ਕੇ ਸਾਨੂੰ ਪਤਾ ਚੱਲਿਆ ਕਿ ਭਾਰਤੀ ਦਰਸ਼ਨ ਕੀ ਚੀਜ਼ ਆ ਇਹ ਚ ਐਡਾ ਵੱਡਾ ਖਜ਼ਾਨਾ ਆ ਐਂਡ ਉਹਨੂੰ ਵੰਡਿਆ ਫਿਰ ਵੀ ਕਿਉਂਕਿ ਸਾਡੀ ਮਮ ਦੇਵੀ ਸਮਤਾ ਦਾ ਸਭ ਤੋਂ ਵੱਡਾ ਇੱਕਾ ਕੈਰੈਕਟਰ ਹੈ ਉਹ ਹੈ त्याਗ ਛੱਡਣਾ ਤਾਂ ਕਿ ਡਿਸਪੋਜੇਸ਼ਨ ਪੈਸੇ ਦੇ ਅਸੀਂ ਮਾਲਕ ਹੁੰਦੇ ਹੋਏ ਵੀ ਉਹਦੇ ਅਸੀਂ ਮਾਲਕ ਨਹੀਂ ਹੈਗੇ ਜ਼ਮੀਨਾਂ ਦੇ ਮਾਲਕ ਹੁੰਦੇ ਹੋਏ ਵੀ ਜ਼ਮੀਨਾਂ ਦੇ ਮਾਲਕ ਨਹੀਂ ਹੈਗੇ ਉਤੋਂ ਖਾਣਦੇ ਆ ਕਮਾਈ ਕਰਦੇ ਆ ਵਪਾਰ ਹੈ ਕਰਮ ਭੂਮੀ ਆ ਸਾਢੀ ਲੇਕਿਨ ਉਹ ਜਿਹਦੀ ਹੈ ਹੈ ਅਸੀਂ ਕੋਣ ਉਹਨੇ ਉਹਦੇ ਉੱਪਰ ਕਬਜ਼ਾ ਕਰਨ ਵਾਲੇ ਕਿ ਜਮੀਨ ਮੇਰੀ ਹੈ ਮਕਾਨ ਮੇਰਾ ਹੈ ਪੈਸਾ ਮੇਰਾ ਹੈ ਇਹ ਅਸੂਰੀ ਸੰਤਾ ਦਾ ਸਿੰਪਟਮ ਆ ਮੈਂ ਕਹਿਣਾ ਮੇਰਾ ਕਹਿਣਾ ਇਹ ਭਾਰਤੀ ਦੇ ਦਰਸ਼ਨ ਇਹਦੇ ਖਿਲਾਫ ਆ ਹਮ ਚਲੋ ਬਹੁਤ ਵਧੀਆ ਡਾਕਟਰ ਸਾਹਿਬ 23 ਮਿੰਟ ਹੋ ਗਏ ਹੈਗੇ ਤੁਸੀਂ 1 ਮਿੰਟ ਤੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਖੜੋ ਤੇ ਆ ਇਹਦੇ ਬਾਰੇ ਜਰੂਰ ਕੁਝ ਵਾਈਂਡ ਅਪ ਤਰੀਕੇ ਨਾਲ ਗੱਲ ਮੈਂ ਦੇਖੋ ਮੈਂ ਜਿਸ ਤੋ ਮੇਰਾ ਐਟੀਟਿਊਡ ਹੈਗਾ ਯਾਰ ਮੇਰਾ ਤਾਂ ਐਟੀਟਿਊਡ ਹੈ ਕਿ ਜੋ ਹੋ ਰਿਹਾ ਠੀਕ ਹੋ ਰਿਹਾ ਅੱਛਾ ਅੱਛਾ ਹੂੰ ਠੀਕ ਹੈ ਰਦਰ ਇਹ ਹਵਾ ਤਾਂ ਨਿਕਲ ਚੁੱਕੀ ਹੈ ਕਿਸਾਨ ਅੰਦੋਲਨ ਦੀ ਹੂੰ ਕਿਉਂ ਹਵਾ ਨਿਕਲ ਚੁੱਕੀ ਹੈਗੀ ਆ ਕਿ ਜਿਸ ਵਿਅਕਤੀ ਦੇ ਨਾਲ ਇਹ ਲੱਗੇ ਹੋਏ ਨੇ ਜਿਹਨੂੰ ਖਤਮ ਕਰਨ ਦੀ ਇਹ ਸਾਰੇ ਦਾ ਸਾਰਾ ਦੁਨੀਆ ਲੱਗੀ ਹੋਈ ਹੈਗੀ ਲੈਫਟ ਸੈਕੂਲਰਿਸ ਸੋ ਕਾਲਡ ਹੂੰ ਉਸ ਚਾਈ ਦੇ ਖੜਾ ਆ ਹੂੰ ਉਹ ਜਿੱਦ ਰਿਆ ਹੁਣ ਤਾਂ ਮੈਂ ਇਹ ਵੀ ਸੁਣ ਮੈਨੂੰ ਆਇਆ ਉਹ ਇੱਕ ਦਿਨ মিডিਆ ਵਿੱਚ ਹੀ ਸੀ ਇਹ ਉਹ ਯਾਰ ਇਹਨੂੰ ਘੱਟ ਗਾਣਾ ਕੱਢੋ ਜਿੰਨੀਆਂ ਨੂੰ ਗਾਣਾ ਕੱਢਦੇ ਆ ਉਹਨੇ ਹੋਰ ਮਜ਼ਬੂਤ ਹੋ ਰਿਹਾ ਹੂੰ ਹੂੰ ਤੇ ਉਹ ਬੋਲਦਾ ਨਹੀਂਗਾ ਹੂੰ ਉਹ ਕਹਿੰਦਾ ਤੁਹਾਡੀਆਂ ਗਾਣਾ ਮੈਨੂੰ ਫੁੱਲ ਦੀ ਤਰ੍ਹਾਂ ਲੱਗ ਰਹੀਆਂ ਤੁਸੀਂ ਗਾਣਾ ਕੱਢਦੇ ਹੋ ਪੱਥਰ ਮਾਰਦੇ ਹੋ ਜਿੱਦਾਂ ਤੇ ਪਰਮਾਤਮਾ ਦਾ ਉਹ ਤੇ ਗ੍ਰੇਸ ਹੈ ਕਿਉਂਕਿ ਸਹੀ ਦੇਖਣਾ ਆ ਉਹਨਾਂ ਤੁਹਾਡੀਆਂ ਗਾਣਾ ਵੀ ਫੁੱਲੀ ਤਰ੍ਹਾਂ ਲੱਗ ਰਹੀਆਂ ਕਿਉਂਕਿ ਉਹ ਪਪੂਲਰ ਹੋ ਰਿਹਾ ਜਸਟ ਟੂ ਸੀ ਹਿਸ ਪਪੂਲਿਜ਼ਮ ਉਹ ਕਿ ਸਟਾਈਲ ਨਾਲ ਪਪੂਲਰ ਹੋ ਰਿਹਾ ਮੈਂ ਤਾਂ ਪਿੱਛੇ ਪਾਕਿਸਤਾਨ ਮੀਡੀਆ ਦੇ ਵੀ ਕੁਝ ਚੈਨਲ ਮੈਂ ਦੇਖਦਾ ਹੁੰਦਾ ਆ ਉੱਥੇ ਵੀ ਇੱਕ ਬਹੁਤ ਵੱਡੀ ਡਿਸਕਸ਼ਨ ਚੱਲਦੀ ਵੀ ਪਾਕਿਸਤਾਨ 'ਚ ਕਿ ਇੰਡੀਆ ਛੋ ਕੀ ਰਿਹਾ ਜੋ ਕੁਝ ਅਸਲੀਅਤ ਹੈ ਉਹ ਇੰਡੀਆ ਦੀ ਆ ਰਹੀ ਹੈ ਅੱਗੇ ਸੋ ਕੋਈ ਨਹੀਂ ਜਿਹੜੇ ਲੋਕ ਕੁਝ ਕੀ ਕਹਿੰਦੇ ਨੇ ਗੁੰਮਰਾ ਹੋਏ ਨੇ ਦੋਸ ਪੀਪਲ ਹਵ ਗੋਨ ਅਸਟ੍ਰੇ ਅੰਡਰ ਦਾ ਇਨਫਲੂਐਂਸ ਆਫ ðiਸ ਲੈਫਟਿਸਟ ਪੀਪਲ ਇਨ ਆ ਰੀਅਲ ਕੁਆਲਟੀ ਆ ਲੈਫਟਿਸਟ ਹਾਂਜੀ ਕਿ ਉਹ ਲੀਡਰਸ਼ਿਪ ਨੂੰ ਇਨਾ ਆਪਣੇ ਆਪ ਨੂੰ ਆਪਣੀ ਆਈਡੀਓਲੋਜੀ ਨੂੰ ਸਟਿੱਕ ਕੇ ਨਾ ਪ੍ਰੋਜੈਕਟ ਕਰਨ ਦੀ ਸਮਰੱਥਾ ਰੱਖਦੇ ਹੈਗੇ ਆ ਸਾਰੀਆਂ ਅਖਬਾਰਾਂ ਪਰ ਜਾਣਗੀਆਂ ਇੰਗਲਿਸ਼ ਮੀਡੀਆ ਇਜ਼ ਫੁੱਲ ਆਫ ਦਾ ਆਲ ਦਾ ਆਰਟੀਕਲਸ ਆਫ ਦਾ ਲੈਫਟਿਸਟ ਪੀਪਲ ਉੱਤੇ ਬੈਠੇ ਇਹੀ ਨੇ ਹਰ ਆਪਣਾ ਪੰਜਾਬੀ ਟ੍ਰਿਬਿਊਨ ਲੈ ਰਹੀ ਹੈ। ਉਹ ਛੱਡੋ ਦੀ ਆਪਣੇ ਜੀਤ ਲੈ ਲਈ ਹੈ। ਹਾਂਜੀ ਉਹ ਜਿਹੜੇ ਸਭ ਤੋਂ ਵੱਡੇ ਸਮਰਥਕ ਨੇ ਕਿਸਾਨਾਂ ਦੇ ਉਹ ਕਦੇ ਮੇਰੀਆਂ ਮੈਂ ਜਿਹੜਾ ਗੱਲਾਂ ਪਤਾ ਕਰਦੇ ਇਹਨੂੰ ਕਦੇ ਐਨਾਲਾਈਜ਼ ਕਰਨਗੇ? ਹਾਂ ਬਿਲਕੁਲ ਠੀਕ। ਐਂਡ ਨਤੀਜਾ ਕੀ ਨਿਕਲਿਆ ਕਿ ਹੌਲੀ-ਹੌਲੀ ਜਿਵੇਂ-ਜਿਵੇਂ ਚੀਜ਼ਾਂ ਆ ਰਹੀਆਂ ਨੇ ਲੋਕੀ ਤੁਹਾਡਾ ਪ੍ਰਿੰਟ মিডিਆ ਨੂੰ ਪੜਨਾ ਛੱਡ ਰਹੇ ਨੇ। ਬਿਲਕੁਲ ਠੀਕ। ਅਖਬਾਰਾਂ ਦੀ ਸਰਕੂਲੇਸ਼ਨ ਮੇਰੀ ਗੱਲ ਲੈ ਲੋ ਕੱਟੀ ਜਾਂਦੀ ਹੈ। 2 ਸਾਲ ਹੋ ਗਏ ਮੈਨੂੰ ਅਖਬਾਰਾਂ ਅਖਬਾਰ ਬੜੇ ਨੂੰ। ਜੋ ਖ਼ਬਰ ਜਿਹੜੇ ਨੇ ਇਸ਼ਤਾਨ ਦਾ ਗ੍ਰੰਥ ਆ ਹਮ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਤਾਂ ਹੈਗੇ ਨੇ ਭਗਵਾਨ ਦੇ ਗ੍ਰੰਥ ਉਹਨਾਂ ਉਸੇ ਪੜਦੇ ਤੋਂ ਕੁਝ ਸੇਧ ਲੈਨੇ ਆ ਖ਼ਬਰਾਂ ਚੋਂ ਉਸੇ ਕਾਦੀ ਸੇਧ ਲੈਨੇ ਆ ਇੱਕੋ ਸੇਧ ਲੈਨੇ ਹੈਗੇ ਆ ਕਿ ਆ ਇਹਦਾ ਦੁਸ਼ਮਣ ਆ ਇਹਦਾ ਦੁਸ਼ਮਣ ਆ ਇਹਨੇ ਇਹਨੂੰ ਮਾਰ ਦਿੱਤਾ ਇੱਥੇ ਆ ਜੋਰੀ ਹੋ ਗਈ ਹਮ ਕਰਪਟ ਲੋਕਾਂ ਦੇ ਪੋਲੀਟਿਸ਼ਨਾਂ ਦੇ ਇਹ ਕੀ ਕਹਿੰਦੇ ਨੇ ਅਸੀਂ ਪੰਗੀ ਨੇ ਹਮ ਉਹਨਾਂ ਦੀ ਗੰਦ ਢੋ ਰਹੇ ਨੇ ਜਿਨ੍ਹਾਂ ਇਹ ਖ਼ਬਰਾਂ ਨੇ ਹਮ ਹਮ ਸੋ ਇਸ ਤਿਹੜਾ ਇੱਕ ਸਟਰਗਲ ਹੈ ਹਾਂਜੀ ਤੋ ਉਸ ਸਟਰਗਲ ਦੇ ਵਿੱਚ ਹਰ ਕੋਈ ਵਿਅਕਤੀ ਚਾਹੇ ਮੈਂ ਇੰਟੈਲੈਕਚੁਅਲੀ ਬਹੁਤ ਰਿਸਪੈਕਟ ਕਰਦਾ ਕਿਉਂਕਿ ਉਹਨਾਂ ਕੋਲ ਪਾਸ ਇੱਕ ਚੀਜ਼ ਹੈ ਜਿਹਨੂੰ ਅਸੀਂ ਬੁੱਧੀ ਕਹਿੰਦੇ ਆ ਹਮ ਲੇਕਿਨ ਉਹ ਬੁੱਧੀ ਨੂੰ ਕਦੇ ਪ੍ਰੋਪਰ ਤਰੀਕੇ ਨਾਲ ਵਰਤਿੰਦਾ ਸਹੀ ਆਪਣਾ ਸੈਲਫ ਅਨਾਲਿਸਿਸ ਤਾਂ ਕਰਨ ਕਿ 70 ਸਾਲ ਤੋਂ ਅਸੀਂ ਇੱਕੋ ਬੋਲੀ ਬੋਲ ਰਹੇ ਆ ਉਸ ਬੋਲੀ ਵਿੱਚ ਅਸੀਂ ਚੀਫ ਕੀ ਕੀਤਾ ਹਮ ਸਾਲ ਪੂਰਾ ਹੋ ਚੱਲਿਆ ਕਿਸਾਨ ਅੰਦੋਲਨ ਨੂੰ ਵਾਟ ਇਜ਼ ਯੂਰ ਅਚੀਵਮੈਂਟ ਸਿਰਫ ਇਸ ਸਰਫੰ ਅਚੀਵਮੈਂਟ ਇਨਾਂ ਲੋਕਾਂ ਨੂੰ ਬੜਾ ਕੇ ਅੱਗੇ ਲਾ ਲਿਆ ਹਮ ਕਾਂਸ ਪਾਰਟੀ ਦੀ ਅਚੀਵਮੈਂਟ ਹੈ ਹਮ ਜਿਸ ਨੇ ਇਸ ਦੇਸ਼ ਦਾ ਬੇੜਾ ਘਰ ਕੀਤਾ ਸਾਰੇ ਦੇਸ਼ ਨੂੰ ਕਰਪਟ ਬਣਾ ਦਿੱਤਾ ਹੈ ਨੀ ਉਹ ਪੰਜਾਬ ਦੇ ਵਿੱਚ ਸੋਚ ਰਹੀ ਹੈਗੀ ਆ ਕਿ ਇਸ ਠੀਕੇ ਨਾਲ ਸਾਲ ਖੋਰ ਲਮਕਾ ਦਿਓ ਜਿੱਦਾਂ ਹੁਣ ਨਹੀਂ ਅਸੀਂ ਮਸ ਕਮੇਟੀਆਂ ਚੋਣਾਂ ਜਿੱਤੀਆਂ ਇਹਦਾ ਸਮਝੀਆਂ ਚੋਣਾਂ ਸ਼ਾਇਦ ਜਿੱਜ ਮੰਗੇ ਪਰ ਨਹੀਂ ਚਲੋ ਹੋਣਾ ਉਹੀ ਹੈ ਜੋ ਮਨਜ਼ੂਰ ਹੈ ਖੁਦਾ ਨੂੰ ਉਹਨੇ ਸਾਈਦੀ ਪਰਮੇਸ਼ਾ ਮਦਦ ਕਰਨੀ ਹੈਗੀ ਆ ਜੀ ਜੀ ਤੇ ਹੰਕਾਰ ਨੂੰ ਉਹਨੇ ਅਲਟੀਮੇਟਲੀ ਹਕਾਰ ਹਾਰੇਗਾ ਹਮ ਚਲੋ ਡਾਕਟਰ ਸਾਹਿਬ ਤੁਸੀਂ ਲੌਜੀਕਲ ਵੇ ਨਾਲ ਸਪਿਰਚੁਅਲ ਤਰੀਕੇ ਨਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਇੱਕ ਵਾਰ ਫਿਰ ਆਪ ਸਭ ਕੇ ਭੀਖ ਤੇ ਸਵੇਪrakash ਮਨਜੂਤ ਕੁਮਾਰ ਆਪਣਾ ਥੈਂਕ ਯੂ ਡਾਕਟਰ ਥੈਂਕ ਯੂ